ਦੋਸ਼ੀ ਤਾਂ ਬੇਸਿਕਲੀ ਉਹੀ ਸੀਗੇ ਆਪਣੇ ਸਰਸਿਆਂ ਦੇ, ਉਹੀ ਫੜੇ ਗਏ ਨੇ ਹੁਣ ਸਿੱਟ ਦੇ ਵਿੱਚ ਵੀ, ਤੇ ਆਪਾਂ ਉਹਨਾਂ ਦੇ ਖਿਲਾਫ਼ ਨਹੀਂ ਕਾਰਵਾਈ ਕਰ ਸਕੇ। ਫਿਰ ਜੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆਈ ਆ, ਆਪਾਂ ਬਣਾਇਆ ਜੋਰਾ ਸਿੰਘ ਕਮਿਸ਼ਨ, ਆਪ ਜਸਟਿਸ ਜੋਰਾ ਸਿੰਘ ਦੇ ਸੀਗਾ, ਉਹਦੀ ਰਿਪੋਰਟ ਨੂੰ ਚੀਫ਼ ਸੈਕਟਰੀ ਨੇ ਰਿਸੀਵ ਨਹੀਂ ਕੀਤਾ, ਸਰਵੇਸ਼ ਕੌਸ਼ਲ ਨੇ। ਉਹ ਬਾਹਰ ਕਿੰਨੇ ਘੰਟੇ ਬਹਿ ਕੇ ਚਲਾ ਗਿਆ, ਉੱਥੇ ਫਿਰ ਟੇਬਲ ਤੇ ਰੱਖ ਕੇ ਚਲਾ ਗਿਆ। ਕਹਿ ਤਾ ਮੈਂ 10 ਮਿੰਟਾਂ ਚ ਖਾੜ ਦੂੰਗਾ, ਫਿਰ ਆਪ ਖਵਾੜੇ ਆਈ ਆ, ਫਿਰ ਡਾਂਗਾਂ ਵੀ ਚਲਾਈਆਂ, ਗੋਲੀਆਂ ਵੀ ਚਲਾਈਆਂ। ਤਰੀਕਾ ਥੋੜਾ ਹੋਇਆ, ਮੈਂ ਕਿਹਾ ਬਾਦਲ ਸਾਹਿਬ ਨੂੰ, ਕਿਹਾ ਮੈਂ ਬਾਦਲ ਸਾਹਿਬ ਕਿਸਾਨਾਂ ਦਾ ਸੰਘਰਸ਼ ਚੱਲਿਆ, ਟ੍ਰੇਨਾਂ ਰੋਕੀਆਂ, ਸੜਕਾਂ ਰੋਕੀਆਂ, ਟ੍ਰੈਫਿਕ ਰੋਕੇ, ਧਰਨੇ ਲਾਏ, ਕਿਤੇ ਡਾਂਗਾਂ ਜਾਂ ਲਾਠੀਚਾਰਜ ਜਾਂ ਥਰੂ ਗੈਸ ਕੁਛ ਹੋਇਆ, ਉਹ ਗੋਲੀ ਚੱਲੀ ਕਹਿੰਦੇ ਨਹੀਂ। ਮੈਂ ਕਿਹਾ ਸਰਸੇ ਵਾਲਿਆਂ ਦੇ ਬੰਦਿਆਂ ਨੇ ਫਿਲਮ ਚਲਾਉਣ ਵਾਸਤੇ ਕਿੰਨਾ ਗਦਰ ਮਚਾਇਆ ਪੰਜਾਬ ਚ, ਖਾਸ ਤੌਰ ਤੇ ਬਠਿੰਡੇ ਦੇ ਇਲਾਕੇ ਚ, ਮੈਂ ਕੁਛ ਹੋਇਆ ਕਹਿੰਦਾ ਨਹੀਂ। ਤੇ ਮੈਂ ਕਿਹਾ ਇਹ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਸ਼ਚਾਤਾਪ ਨੂੰ ਜੋ ਅੱਖਾਂ ਦੇ ਸਾਹਮਣੇ ਉਹਨਾਂ ਵੇਖਿਆ, ਨਰਾਦਰ ਮਹਾਂਪਾਪ ਜਿਹੜਾ ਹੋਇਆ ਉਹਨੂੰ ਵੇਖ ਕੇ ਉਹਨਾਂ ਦੇ ਰੋਂਦੀਆਂ ਸੀ ਅੱਖਾਂ ਤੇ, ਜੋ ਪਾਠ ਪੂਜਾ ਕਰਦੇ ਬੈਠੇ ਸੀ। ਆਪਾਂ ਨੂੰ ਕਿਹੜੀ ਕਾਹਲੀ ਪਈ ਸੀ ਵੀ ਆਪਾਂ ਨੂੰ ਡਾਂਗਾਂ ਤੇ ਲਾਠੀਆਂ ਤੇ ਭਜਾ ਦਿੰਦੇ? ਪੁਲਿਸ ਤਾਂ ਦੋਸ਼ੀ ਹੈਗੀ ਆ, ਤੇ ਪਹਿਲੇ ਨੰਬਰ ਤੇ ਤਾਂ ਉਹ ਸਰਸੇ ਵਾਲੇ ਨੇ, ਦੂਜੇ ਨੰਬਰ ਤੇ ਪੁਲਿਸ ਹੈਗੀ ਹੈ। ਤੇ ਫਿਰ ਦੇਖੋ ਵੀ ਕਿ ਸਾਡਾ ਜਿਹੜਾ ਫੈਸਲਾ ਸੀ ਨਾ ਵਿਧਾਨ ਸਭਾ ਦੇ ਵਿਚੋਂ ਵਾਕ ਆਊਟ ਕਰਨ ਦਾ, ਉਹ ਸਹੀ ਨਹੀਂ ਸੀ। ਮੰਨ ਲਿਆ ਸਪੀਕਰ ਨੇ ਕਿਹਾ ਮੈਂ 2 ਘੰਟੇ ਟਾਈਮ ਜਿਹੜਾ ਉਹ ਅਲਾਟ ਕੀਤਾ, ਉਹਦੇ ਵਿਚ ਅਕੋਰਡਿੰਗ ਟੂ ਪ੍ਰੋਟੋਕੋਲ ਐਜ ਪਰ ਦੀ ਸਟਰੈਂਥ ਆਫ ਯੋਰ ਮੈਂਬਰ ਤੁਹਾਡੇ 14 ਮਿੰਟ ਬਣਦੇ ਨੇ, ਆਮ ਆਦਮੀ ਪਾਰਟੀ ਦੇ 20 ਮਿੰਟ ਬਣਦੇ ਨੇ, ਠੀਕ ਹੈ ਨਾ ਜੀ। ਤੇ ਬਾਕੀ ਮੈਂ ਕਹਿੰਦਾ ਵੀ ਜਿਹੜੀ ਬਹਿਸ ਹੈ ਨਾ ਇਹ ਭਾਵੇਂ ਰਾਤੀ 12 ਵਜੇ ਤੱਕ ਚਲਾਓ, ਮੈਂ ਉਹਨੂੰ ਚਲਾਉਂਗਾ, ਮੈਂ ਬੈਠਾ ਨੇ, ਮੈਂ ਨਹੀਂ ਜਾਂਦਾ। ਤੇ ਤੁਸੀਂ ਉਹਦੇ ਅਕੋਰਡਿੰਗਲੀ ਜਿਹੜਾ ਟਾਈਮ ਵਧੂਗਾ ਤੇ ਤੁਹਾਡੀ ਸਟਰੈਂਥ ਦੇ ਮੁਤਾਬਕ ਟਾਈਮ ਵਧੀ ਜਾਊਗਾ। ਉਸ ਹਿਸਾਬ ਨਾਲ ਤਾਂ ਘੰਟਾ ਡੇਢ ਘੰਟਾ ਮਿਲਦਾ ਹੀ ਸੀ। ਕਿੰਨੇ ਕੁ ਬੰਦੇ ਸੀ ਸਾਡੇ ਕੋਲ ਬੋਲਣ ਵਾਲੇ? ਸੁਖਬੀਰ ਮਜੀਠੀਆ ਤੇ ਸ਼ਰਨਜੀਤ ਹੋ ਗਿਆ, ਵੱਧ ਤੋਂ ਵੱਧ ਢੀਂਡਸਾ ਹੋ ਗਿਆ, ਹੋਰ ਕਿਹੜਾ ਬੁਲਾਰਾ ਸੀ ਅਕਾਲੀ ਦਲ? ਗਲਤੀ ਕਰ ਲਈ ਉਹਨਾਂ ਨੇ ਬਾਈਕਾਟ ਕਰਤਾ। ਬਾਈਕਾਟ ਕਰਕੇ ਜਿਹੜੀਆਂ ਰਿਪੋਰਟਾਂ ਦੀਆਂ ਕਾਪੀਆਂ ਪਾੜ ਕੇ ਤੇ 2-2 ਰੁਪਈਏ 5-5 ਰੁਪਏ ਦੀ ਸੇਲ ਲਾਈ ਹੈ, ਉਹ ਵੀ ਇਹ ਦੱਸਦਾ ਵੀ ਅਕਾਲੀ ਦਲ ਦੇ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀ ਗੰਭੀਰ ਨਹੀਂ ਹੈਗੇ।